ਮੈਨੂੰ ਨਾ ਕਰਦੀ, ਮੈਨੂੰ ਬਚਾਓ, ਇਹ ਤੋਂ ਬਚਾਓ, ਇਸ ਜਨਾਨੀ ਤੋਂ ਬਚਾਓ ਮੈਨੂੰ। ਜਿਹੜਾ ਇਹਦੇ ਨਾਲ ਰਹਿੰਦਾ ਉਹ ਹੋਰ ਵੀ ਜ਼ਿਆਦਾ ਖਤਰਨਾਕ, ਪਹਿਲੇ ਦਰਵਾਜ਼ੇ ਬੰਦ ਆ, ਨਾ ਗੇਟ ਬੰਦ ਆ। ਹਜੇ ਮੈਂ ਸਾਰੀ ਜ਼ਿੰਦਗੀ ਦੀ ਕਮਾਈ ਇੱਥੇ ਲਾਤੀ, ਮੇਰਾ ਮੇਰਾ ਹਾਲ ਕੁਛ ਨਹੀਂ ਹੈਗਾ, ਮੈਨੂੰ ਮੈਂ ਤਾਂ ਮਰ ਜਾਣਾ ਕਿਸੇ ਸਿਰ ਚੜ੍ਹ ਕੇ। ਮੈਨੂੰ ਬਹੁਤ ਦੁਖੀ ਕਰਦੇ ਇਹ, ਗੇਟ ਭਰਦੇ ਆ ਸਰ, ਉੱਪਰ ਦੋ ਵਾਰ ਦਰਵਾਜ਼ਾ ਬੰਦ ਦਿੱਤਾ ਇਹਨਾਂ ਨੇ, ਗੇਟ ਭਰਦੇ ਹੈਗੇ ਨੇ, ਗੇਟ ਭਰਦੇ ਆ ਸਾਡਾ ਇੱਧਰ। ਸਰ ਮੇਰਾ ਨਾਮ ਜਗਦੀਸ਼ ਲਾਲ ਸ਼ਰਮਾ ਹੈਗਾ, ਅਤੇ ਮੈਂ ਆਪਣੇ ਪਰਿਵਾਰ ਸਮੇਤ ਆਪਣੀ ਮਿਸਰੀ ਦੇ ਨਾਲ ਇੱਥੇ ਰਹਿੰਦਾ, ਇਹ ਮੇਰੇ ਸੱਸ ਨੇ, ਇਹਨਾਂ ਦੀ ਦੇਖਭਾਲ ਵੀ ਮੈਂ ਕਰਦਾ। ਜਦੋਂ ਜਾਣਾ ਮੈਂ ਆਪਣੀ ਸਾਲੀ ਕੋਲ ਛੱਡ ਕੇ ਜਾਂਦਾ, ਜਦੋਂ ਆਉਣਾ ਫਿਰ ਮੈਂ ਆਪਣੇ ਕੋਲ ਰੱਖ ਲੈਂਦਾ। ਮੈਂ 39 ਸੈਕਟਰ ਮਕਾਨ ਨੰਬਰ 39 ਇਹ ਮਕਾਨ ਨੰਬਰ 15 'ਚ ਰਹਿ ਰਹੇ ਹਾਂ, ਔਰ ਮੈਂ ਖੁਦ ਇਹ ਮਕਾਨ ਬਣਾਇਆ ਆਪਣੇ ਬੇਟਿਆਂ ਦੀ ਸਹਿਯੋਗ ਨਾਲ, ਇਹ ਮਕਾਨ ਮੈਂ ਬਣਾਇਆ। ਹਾਲੇ ਕੰਪਲੀਟ ਨਹੀਂ ਹੈ, ਕੰਪਲੀਟ ਵੀ ਨਹੀਂ ਹੈ, ਅਤੇ ਫਿਰ ਵੀ ਮੈਂ ਨਾ ਆਸਟ੍ਰੇਲੀਆ ਗਿਆ ਸੀਗਾ, ਕਿਸੇ ਨੂੰ ਛੱਡ ਕੇ ਗਿਆ ਸੀਗਾ, ਅਤੇ ਉੱਥੇ ਮੈਨੂੰ ਕਿਸੇ ਆਪਣੇ ਪਰਿਚਿਤ ਦਾ ਜਿਹੜਾ ਦੁੱਧ ਪਾਉਂਦਾ ਸੀ ਉਹਦਾ ਫੋਨ ਆਇਆ, ਕਹਿੰਦਾ ਤੁਸੀਂ ਕਹਿੰਦੇ ਸੀ ਮਕਾਨ ਕਿਰਾਏ 'ਤੇ ਦੇਣਾ, ਮੈਂ ਕਿਹਾ ਮੈਂ ਹਾਲੇ ਆ ਕੇ ਦੇਵਾਂਗਾ, ਮੈਂ ਹਾਲੇ ਨਹੀਂ ਦੇਣਾ ਕਿਰਾਏ 'ਤੇ। ਫਿਰ ਮੈਂ ਕਿਹਾ ਫਿਰ ਵੀ ਕਹਿੰਦਾ ਦੇ ਦਿਓ, ਮੇਰੀ ਜ਼ਿੰਮੇਵਾਰੀ, ਮੈਂ ਮੁੰਡੇ ਨਾਲ ਸਲਾਹ ਕਰਾਂਗਾ। ਮੁੰਡੇ ਨਾਲ ਮੈਂ ਸਲਾਹ ਕਰਕੇ ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਕੌਣ ਹੈ ਕਿਰਾਏਦਾਰ, ਕਹਿੰਦਾ ਮੈਂ ਤੁਹਾਡੀ ਗੱਲ ਕਰਾ ਦਿੰਦਾ। ਮੈਂ ਕਿਹਾ ਤੇਰੀ ਜ਼ਿੰਮੇਵਾਰੀ ਹੈਗੀ ਹੈ, ਉਹ ਕਹਿੰਦਾ ਮੈਂ ਔਨਲਾਈਨ ਲੈਣਾ ਉਹਨੂੰ, ਔਨਲਾਈਨ ਲੈ ਆਇਆ ਉਹਨੇ, ਅਤੇ ਮੈਂ ਕਿਰਾਇਆ 15,000 ਰੁਪਈਏ ਦੱਸਿਆ, ਉਹ ਕਹਿੰਦੇ ਜ਼ਿਆਦਾ। ਮੈਂ ਕਿਹਾ ਇਸ ਏਰੀਏ 'ਚ ਇੰਨਾ ਚੱਲਦਾ ਹੈਗਾ, ਔਰ ਤੁਸੀਂ ਕਿਤੇ ਵੀ ਪਤਾ ਕਰ ਲਓ, 18 ਤੋਂ ਘੱਟ ਨਹੀਂ। ਕਹਿੰਦੇ ਚਲੋ ਤੁਸੀਂ ਦੇਖ ਲਓ, ਘੱਟ ਕਰ ਦਿਓ। ਮੈਂ ਕਿਹਾ ਚੱਲ 500 ਰੁਪਏ, ਮੈਂ ਕਿਹਾ ਇਹਦੇ ਮੂੰਹ ਨੂੰ, ਮੋਨੂ ਦੇ ਮੂੰਹ ਨੂੰ ਘੱਟ ਕਰ ਦੀ। 14,500 'ਚ ਉਹਨੇ ਤੈਅ ਕਰ ਲਿਆ, ਮੇਰੇ ਕੋਲ ਰਿਕਾਰਡਿੰਗ ਹੈ, ਔਨ ਰਿਕਾਰਡ ਹੈ, ਅਤੇ ਉਹਨੇ ਤੈਅ ਕਰਕੇ ਕਹਿੰਦਾ ਸਮਾਨ ਦਿਖਾ ਦਿਆਂ ਤਾਂ। ਮੈਂ ਕਿਹਾ ਦਿਖਾ ਦੇ। ਉਸ ਤੋਂ ਬਾਅਦ ਫਿਰ ਕਿੰਨੀ ਦੇਰ ਬਾਅਦ ਉਹਨੇ ਕਿਰਾਇਆ, ਮੈਂ ਕਿਹਾ ਮੋਨੂ ਲੈ ਲਿਆ, ਕੋਈ ਕਿਰਾਇਆ ਨਹੀਂ ਲਿਆ। ਉਹਨੇ ਫਿਰ ਦੁਬਾਰਾ ਫੋਨ ਕੀਤਾ, ਮੈਂ ਕਿਹਾ ਸਾਡੇ ਮੁੰਡਾ ਜਿਹੜਾ ਰਹਿੰਦਾ ਨਾ, ਜਿਹੜਾ ਜਿੱਥੇ ਰੱਖਿਆ ਕੇਅਰ ਟੇਕਰ, ਉਹਨੂੰ 14,500 ਫੜਾ ਦੇ। ਕੁਝ ਦੇਰ ਬਾਅਦ ਉਹਨੂੰ 13,000 ਰੁਪਈਆ ਦਿੱਤਾ, ਮਹੀਨੇ ਬਾਅਦ ਦਿੱਤਾ ਹੈਗਾ ਉਹ 13,000। ਮੈਂ ਕਿਹਾ 13 ਕਿਉਂ ਦਿੱਤਾ, ਜੇ 14,500 ਦੀ ਗੱਲ ਹੋਈ ਹੈ। ਕਹਿੰਦਾ ਨਹੀਂ ਤੁਸੀਂ ਆ ਜਾਓ। ਮੈਂ ਕਿਹਾ ਹੁਣ 16 ਦੇ, ਮੈਂ ਕਿਹਾ ਮੈਂ ਆਉਣਾ ਲੇਟ 16 ਦੇ। ਕਹਿੰਦਾ ਮੈਂ ਕਹਿ ਦਿੰਦਾ ਉਹਨਾਂ ਨੂੰ। ਮੈਂ ਕਿਹਾ ਦੁਬਾਰਾ ਫਿਰ ਫੋਨ ਕੀਤਾ, ਮੈਂ ਕਹਿ ਦਿੱਤਾ ਸੀ, ਕਹਿੰਦਾ ਮੈਂ ਲੇਡੀਜ਼ ਨੂੰ ਕਹਿ ਦਿੱਤਾ ਉਹ 16 ਦਊਗੀ ਤੁਹਾਨੂੰ। ਦੁਬਾਰਾ ਮੈਂ ਲੇਡੀਜ਼ ਨੂੰ ਖੁਦ ਫੋਨ ਕੀਤਾ, ਮੇਰਾ ਬੇਟਾ ਪੁੱਤ ਮੇਰਾ 16 ਦੇ। ਕਹਿੰਦੀ ਅੱਛਾ ਜੀ, ਮੈਂ 16 ਦੇ ਦਿਆਂਗੇ। ਕੋਈ ਪੈਸਾ ਨਹੀਂ ਦਿੱਤਾ, ਮੈਨੂੰ ਸਿਰਫ 13 ਆਇਆ ਹੈਗਾ। ਉਸ ਤੋਂ ਬਾਅਦ ਬਿਜਲੀ ਦਾ ਬਿੱਲ ਮੈਂ ਦਿੱਤਾ, ਉੱਥੇ ਬੈਠਿਆਂ ਨੇ 6,600 ਰੁਪਈਏ, ਇੱਥੇ 11,660 ਰੁਪਈਏ ਬਿੱਲ ਦਿੱਤਾ। ਇਹ ਸਾਰੇ ਗਿੱਲ ਕੌਂਸਲ ਦਾ ਉਹ ਵੀ ਆਇਆ, ਅੰਕਲ ਵਰਮਾ ਆਇਆ, ਹੋਰ ਬੰਦੇ ਕਾਫੀ ਆਏ ਨੇ, ਸਾਰਿਆਂ ਦੇ ਵਿੱਚ ਗੱਲ ਹੋਈ। ਟਾਈਮ ਲੈ ਲਿਆ ਮੇਰੇ ਕੋਲ, ਟਾਈਮ ਲੈਣ ਤੋਂ ਬਾਵਜੂਦ ਕੋਈ ਖਾਲੀ ਨਹੀਂ ਕਰ ਰਹੀ, ਉਹ ਮਾਲ ਕਟਾਈ ਕਰ ਰਹੀ ਆ ਮੇਰੇ ਸੱਟਾਂ ਮੇਰੀ। ਆਹ ਦੇਖੋ ਇਹਨਾਂ ਦੇ ਸੱਟਾਂ ਮਾਰੀਆਂ, ਸਾਡੇ ਸੱਟਾਂ ਮਾਰੀਆਂ, ਮੇਰੇ ਕੋਲ ਵੀਡੀਓ ਨੇ ਸੱਟਾਂ ਮਾਰਨ ਦੀ, ਔਰ ਮੈਨੂੰ ਲਲਕਾ ਦੇ ਮਾਰਦੀਆਂ, ਔਰ ਮੈਨੂੰ ਜਾਣ ਦਾ ਖਤਰਾ। ਇਹ ਗਏ ਸੀ ਇੱਥੋਂ ਬੰਦੇ ਮਗਰ ਲਾਤੇ, ਚੌਂਕ ਜਾ ਕੇ ਨਾ ਇਹਨਾਂ ਦੇ ਕੋਲੋਂ ਪਲਸ ਖੋਲਿਆ, 3,500 ਰੁਪਈਆ ਸੀ, ਮੋਬਾਇਲ ਵੀ ਆਵੇ ਬਾਇਆ ਡਾਟਾ ਇਹਨਾਂ ਦਾ, ਨਾ ਸਾਡਾ ਨਾਂ ਜਾਣਦੇ ਹੋ, ਨਾ ਅਸੀਂ ਉਹਨਾਂ ਦਾ ਨਾਂ ਜਾਣਦੇ ਹੈਗੇ। ਉਹ ਬਾਅਦ ਦੇ ਵਿੱਚ ਸਾਡਾ ਬਿੱਲ ਇੱਕ ਚੋਰੀ ਕਰ ਲਿਆ ਉਹਨਾਂ ਨੇ, ਬਿੱਲ ਦੇ ਆਧਾਰ 'ਤੇ ਉਹ ਸਾਨੂੰ ਕਹੀ ਜਾਂਦੇ ਨੇ ਅਸੀਂ ਆਹ ਬਿੱਲ ਹੈ, ਬਿੱਲ ਦੀ ਰਸੀਦਾਂ ਮੇਰੇ ਕੋਲ ਨੇ, ਬਿੱਲ ਦੇ ਆਧਾਰ 'ਤੇ ਕਹਿੰਦੇ ਅਸੀਂ ਬਿੱਲ ਦਿੰਦੇ। ਮੈਂ ਬਿੱਲ ਦੀ ਰਸੀਦਾਂ ਤੁਹਾਡੇ ਕੋਲ ਪ੍ਰੂਫ ਕਰ ਦਿਓ ਵੀ ਤੁਸੀਂ ਬਿੱਲ ਦਿੰਦੇ, ਨਾ ਬਿੱਲ ਦਿੰਦੇ ਨਾ ਸਾਨੂੰ ਕਿਰਾਇਆ ਦਿੰਦੇ ਹੈਗੇ, ਸਾਨੂੰ ਮਤਲਬ ਕਿ ਮਾਲ ਕਟਾਈ ਕਰਦੇ ਨੇ, ਔਰ ਕਹਿੰਦੇ ਨੇ ਤੁਸੀਂ ਤਾਂ ਪ੍ਰਵਾਸੀ ਹੋ, ਤੁਸੀਂ ਕਿਉਂ, ਅਸੀਂ ਇੱਥੇ ਪ੍ਰੋਪਰ ਰਹਿਣ ਵਾਲੇ ਹਾਂ, ਅਸੀਂ ਕਿਉਂ ਜਾਵਾਂਗੇ, ਤੁਸੀਂ ਜਾਓਗੇ, ਅਸੀਂ ਨਹੀਂ ਜਾਣਾ। ਔਰ ਮੈਨੂੰ ਕੁਛ ਤਾਕਤਾਂ ਉਹਨਾਂ ਦਾ ਫੋਨ ਵੀ ਆਇਆ, ਮੈਂ ਤੁਹਾਨੂੰ ਨੰਬਰ ਦੇ ਸਕਦਾ, ਉਹ ਕਹਿੰਦੇ ਜੀ ਅਸੀਂ ਉਹ ਆਪਣੇ ਨਿਹੰਗ ਹੁੰਦੇ ਹਾਂ, ਕੀ ਹੁੰਦੇ ਆ, ਮੈਂ ਦੇਖੋ ਤੁਹਾਨੂੰ ਨੰਬਰ ਦੇ ਸਕਦਾ, ਤੁਸੀਂ ਆਪ ਕਨਫਰਮ ਕਰੋ ਕੌਣ ਹੈ ਨੇ। ਉਹ ਕਹਿੰਦੇ ਨੇ ਕੀ ਹੈਗੇ ਨੇ ਸਾਡੇ ਕੋਲ, ਆਓ ਅਸੀਂ ਫੈਸਲਾ। ਮੈਂ ਕਿਹਾ ਮੈਂ ਕਿਉਂ ਜਾਵਾਂ, ਤੋਂ ਆਵਾਂ ਤੁਹਾਡੇ ਕੋਲ, ਹੈ ਮੈਂ ਥਾਣੇ 'ਚ ਗਿਆ ਹੈਗਾ, ਥਾਣੇ ਉਹ ਥਾਣੇ ਸੁਣਵਾਈ ਨਹੀਂ ਹੁੰਦੀ ਹੈਗੀ। SHO ਕਹਿੰਦਾ ਮੈਂ 7 ਕੁਆਈਆਂ ਦੋਨਾਂ ਨੂੰ ਅੰਦਰ ਕਰ ਦੂੰਗਾ, ਉਹ ਇੱਥੇ 100 ਨੰਬਰ 'ਤੇ। ਹਾਂਜੀ, ਪ੍ਰੋਪਰਟੀ ਮੇਰੀ ਮਿਸਰੀ ਦੇ ਨਾਂ,
ਅਥਾਰਟੀ ਥਾਣੇ ਵਾਲੇ ਉਹਨਾਂ ਦੀ ਗੱਲ ਮੰਨਦੇ ਨੇ, ਸਾਡੀ ਮੰਨਦੇ ਨਹੀਂ। ਪਤਾ ਨਹੀਂ ਕਿਉਂ ਨਹੀਂ ਮੰਨਦੇ, ਬਜ਼ੁਰਗ ਬੰਦੇ ਹਾਂ ਅਸੀਂ। ਦੇਖੋ ਅਸੀਂ ਤਾਂ ਦੇਖੋ ਜੀ ਸੁਸਾਈਡ ਕਰ ਲੈਣਾ, ਅਸੀਂ ਇੰਨੇ ਦੁਖੀ ਹੈਗੇ ਹਾਂ, ਅਸੀਂ ਸੁਸਾਈਡ ਕਰ ਲੈਣਾ। ਉਹ ਡੀ ਸੀ ਦੇ ਸਾਹਮਣੇ ਜਾ ਕੇ ਕਰਾਂਗੇ, ਮੇਰੀ ਮਿਸਿਜ ਦੇ ਨਾਲ ਕਰਾਂਗਾ। ਸਭ ਕੁਝ ਹੈਗੀ ਆ ਜੀ, ਮੈਂ ਸਾਰਾ ਕੁਝ ਦੇਵਾਂਗਾ, ਤੁਸੀਂ ਦੇਖੋ। ਮੈਂ ਹੁਣੇ ਦਿਖਾਉਣਾ ਤੁਹਾਨੂੰ, ਅਸੀਂ ਮੰਗ ਇਨਸਾਫ ਚਾਹੀਦਾ, ਸਾਨੂੰ ਇਨਸਾਫ ਚਾਹੀਦਾ। ਘਰ ਵਿੱਚ ਸੇਫ ਨਹੀਂ ਹੈਗੇ, ਅਸੀਂ ਘਰ 'ਚ ਸੇਫ ਨਹੀਂ ਆ। 90 ਸਾਲ ਦੀ ਮੇਰੀ ਮੰਮੀ, 72 ਸਾਲ ਦੇ, 65 ਸਾਲ ਦੀ ਮੈਂ, ਅਸੀਂ ਸੇਫ ਨਹੀਂ ਹੈਗੇ, ਮੈਨੂੰ ਡਰ ਲੱਗਦਾ ਰਹਿੰਦਾ ਸਾਰੀ ਰਾਤ। ਅੱਛਾ ਫਿਰ ਦੂਜੀ ਗੱਲ ਆ, ਉਹਨਾਂ ਦਾ ਕੋਈ ਆਉਣ ਦਾ ਟਾਈਮ ਨਹੀਂ, ਕੋਈ ਜਾਣ ਦਾ ਟਾਈਮ ਨਹੀਂ ਹੈਗਾ, ਕਦੇ ਆਉਣ ਦਾ ਟਾਈਮ ਨਹੀਂ, ਕੋਈ ਜਾਣ ਦਾ ਟਾਈਮ ਨਹੀਂ ਉਹਨਾਂ ਦਾ। ਸਵੇਰੇ 4 ਵਜੇ ਸਾਨੂੰ ਪਰੇਸ਼ਾਨ ਕਰ, ਪੁਲਿਸ ਵਾਲੇ ਕਹਿੰਦੇ 100 ਨੰਬਰ 'ਤੇ ਫੋਨ ਕੀਤਾ, ਕਹਿੰਦੇ ਤੁਸੀਂ ਨਾ ਇਹਨਾਂ ਨੂੰ ਪਰੇਸ਼ਾਨ ਨਹੀਂ ਕਰਨਾ, ਰਾਤ 10 ਵਜੇ ਤੋਂ ਲੈ ਕੇ 6 ਵਜੇ ਤੱਕ। ਕਹਿੰਦੇ ਮੈਂ 4 ਵਜੇ ਜਾਣਾ, ਉਹ ਕਹਿੰਦਾ ਫਿਰ ਥਾਣੇ ਆ ਜਾਓ 4 ਵਜੇ ਜਾਣਾ ਇੱਥੇ। ਕਹਿੰਦੇ ਫਿਰ ਕਹਿੰਦੀ ਤੁਸੀਂ ਜਾਓ, ਅਸੀਂ ਆਪੇ ਇਹਨਾਂ ਕੋਲ ਬੂਹਾ ਖਿਲਾ ਲਾਂਗੇ। ਇੰਨੀ ਤਕੜੀ ਬਦਮਾਸ਼ੀ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਦੇਖੀ ਹੈਗੀ। ਔਰ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਪ੍ਰਾਰਥਨਾ ਕਰਦਾ ਕਿ ਮੈਨੂੰ ਨਾ ਇਸ ਤੋਂ ਰਾਹਤ ਦਿਵਾਈ ਜਾਵੇ, ਮੈਨੂੰ ਕੋਈ ਸਾਡਾ ਇਹ ਬਣਾਇਆ ਆਪਣੇ ਗੁਜ਼ਾਰੇ ਵਾਸਤੇ, ਮੇਰਾ ਕੋਈ ਕਾਰੋਬਾਰ ਨਹੀਂ ਹੈਗਾ, ਮੇਰਾ ਕੋਈ ਕਾਰੋਬਾਰ ਨਹੀਂ ਹੈ, ਮੈਂ ਆਪਣੇ ਗੁਜ਼ਾਰੇ ਵਾਸਤੇ ਬਣਾਇਆ, ਮੇਰੇ ਮਕਾਨ 'ਚ ਮੱਲ ਮਾਰ ਕੇ ਬੈਠੇ ਹੈਗੇ ਨੇ, ਉਹ ਮੈਨੂੰ ਲਗਾਲੇ ਮਾਰਦੇ ਨੇ, ਤੈਨੂੰ ਮਾਰ ਦਿਆਂਗੇ, ਕੁੱਟ ਦਿਆਂਗੇ। ਇਹਨਾਂ ਨੂੰ ਹੱਥ ਮੈਂ ਮਿਲਾਉਂਦਾ ਦਿਆਂ, ਇਹਨਾਂ ਦਾ ਹੱਥ 'ਤੇ 3500 ਰੁਪਈਆ ਸੀ, ਮੋਬਾਇਲ ਕਰਕੇ ਖੋਇਆ, ਮੋਬਾਇਲ ਖਰਾਬ ਹੋਇਆ ਸੀਗਾ, ਮੋਬਾਇਲ ਖਰਾਬ ਗੁੜ ਮੰਡੀ ਦਿੱਤਾ ਸੀਗਾ, 3500 ਰੁਪਇਆ ਸੀ, ਖੋਹ ਕੇ ਲੈ ਗਏ, ਇਹਨਾਂ ਦਾ ਹੱਥ ਮਿਲਾਉਂਦਾ ਦਿਆਂ ਜਿਹੜੇ ਖੋਹ ਕੇ ਲੈ ਗਏ ਨੇ। ਮੈਂ ਉਹਦੀ ਰਿਪੋਰਟ ਵੀ ਲਿਖਾਈ ਹੈ, ਉਹ ਵੀ ਤੁਸੀਂ ਗੱਲ ਕਰ ਲਓ ASI ਨੂੰ ਮੌਕੇ 'ਤੇ। ਪੁੱਛ ਤੁਸੀਂ ਕਿਉਂ ਨਹੀਂ ਲਿਖਵਾ ਸਕਦੇ? ਕਿਰਾਇਆ ਨਾ ਮੈਂ ਇਸ ਕਰਕੇ ਨਹੀਂ ਲਿਖਾ ਸਕਿਆ, ਮੈਂ ਕਿਹਾ ਮੈਂ ਆ ਕੇ ਲਿਖਾਵਾਂਗਾ, ਉਹ ਕਹਿੰਦਾ ਆ ਕੇ ਲਿਖਾ ਲਏ, ਇੱਥੇ ਤਾਂ ਦੋਲਾ ਪਿਆ ਆ ਕੇ। ਮੈਂ ਕਿਹਾ ਆਧਾਰ ਕਾਰਡ ਦਿਓ, ਉਹ ਕਹਿੰਦਾ ਮੈਂ ਨਹੀਂ ਦੇਣਾ। ਮੈਂ ਸਵਾਲ 'ਚ ਦੇਣਾ ਕਿਉਂ ਨਹੀਂ ਤੁਸੀਂ? ਪਹਿਲਾਂ ਤੋਂ ਕਹਿ ਕਹਿੰਦੇ ਸੀ ਮੇਰਾ ਇਹ ਸੋਹਰਾ, ਫਿਰ ਕਹਿੰਦੀ ਮੇਰਾ ਪਿਓ ਆ, ਹੁਣ ਕਹਿੰਦੀ ਮੇਰਾ ਫੁੱਫੜ ਆ, ਮੈਨੂੰ ਕੀ ਪਤਾ ਤੁਸੀਂ ਕੌਣ? ਸਰਵਣ ਸਿੰਘ, ਉਹਦਾ ਨਾਂ ਸਰਵਣ ਸਿੰਘ ਹੈਗਾ, ਆਪਣੇ ਹੋਮਗਾਰਡ ਵਗੈਰਾ ਸੀਗਾ, ਕਹਿੰਦਾ ਮੈਂ ਫੌਜੀ ਹੈਗਾ। ਚਲੋ ਜੋ ਵੀ, ਆਪਾਂ ਤੋਂ ਕੋਈ ਨਹੀਂ ਲੈਣਾ, ਪਰ ਗੱਲ ਇਹ ਆ ਵੀ ਸਾਨੂੰ ਆਧਾਰ ਕਾਰਡ ਨਹੀਂ ਉਹਨੇ ਦਿੱਤਾ ਅਜੇ ਤੱਕ। ਅਸੀਂ ਇਹ ਮੰਗ ਕਰ ਰਹੇ ਵੀ ਸਾਨੂੰ ਇਨਸਾਫ ਚਾਹੀਦਾ, ਅਸੀਂ ਆਪਣੇ ਘਰ 'ਚ ਸੇਫ ਨਹੀਂ ਹੈਗੇ। ਸਾਨੂੰ ਨਾ 4 ਵਜੇ ਸਵੇਰ ਨੂੰ ਜਾਂਦੀ ਹੈ ਕੋਈ ਗੱਡੀ, ਬਾਹਰ ਖੜੀ ਹੁੰਦੀ ਹੈ, ਇੱਕ ਵਾਰ ਮੈਂ ਤੁਹਾਨੂੰ ਉਹਦੀ ਗੱਡੀ ਦੀ ਤਸਵੀਰਾਂ ਦੇ ਸਕਦਾ। ਗੱਡੀ ਬਾਹਰ ਖੜੀ ਸੀ, ਮੈਂ ਕੈਮਰੇ 'ਚ ਦੇਖਿਆ, ਸਾਨੂੰ ਡਰ ਲੱਗਿਆ, ਤਾਂ ਉੱਦਣ ਤਾਂ ਮੈਂ ਖੋਲ੍ਹ ਦਿੱਤਾ। ਫਿਰ ਦੁਬਾਰਾ ਆ ਕੇ ਮੈਂ ਕਿਹਾ ਵੀ ਜਿਹਨੇ ਵੀ ਜਾਣਾ 6 ਵਜੇ, ਅਸੀਂ ਬੂਹਾ ਖੋਲ੍ਹਣਾ ਸਵੇਰ ਨੂੰ, ਤਾਂ ਸ਼ਾਮ ਨੂੰ ਅਸੀਂ 10 ਵਜੇ ਬੰਦ ਕਰ ਲੈਣਾ। ਤੁਸੀਂ ਪੁਲਿਸ ਰਿਪੋਰਟ ਦੇ ਵਿੱਚ ਇਹ ਲਿਖਾਇਆ ਸੀ ਵੀ ਕਿ ਜਿੰਨੇ ਵੀ ਕਿਰਾਏ ਦਿੱਤਾ ਵੀ ਉਹਨੇ ਪੁਲਿਸ ਵੈਰੀਫਿਕੇਸ਼ਨ ਕਿਰਾਏ ਦਾ ਨਹੀਂ ਕਰਾਈ ਕਿ ਨਹੀਂ ਕਰਾਈ? ਨਹੀਂ ਕਰਾਈ ਨਹੀਂ ਅਸੀਂ ਬਾਅਦ ਵੀ ਜਿੰਨੇ ਵੀ ਦਿੱਤਾ ਹੋਵੇ। ਨਹੀਂ ਨਹੀਂ, ਜਿਹੜਾ ਦੋਜੀ ਆ ਨਾ ਉਹਨੇ ਦਿੱਤਾ ਨਾ, ਇਹ ਉਹਨੇ ਦਿੱਤਾ, ਜਿਹੜਾ ਦੁੱਧ ਪਾਉਂਦਾ ਸੀ ਉਹਨੇ ਦਿੱਤਾ, ਉਹਨੇ ਕਿਹਾ ਵੈਰੀਫਿਕੇਸ਼ਨ ਕਰਾਉਣੀ, ਉਹ ਤਾਂ ਆਪ ਨਾਲ ਵਾਲੇ ਆ ਉਹਨਾਂ ਦੇ। ਇਹ ਦਰਅਸਲ 'ਚ ਮੇਨ ਸਭ ਗੱਲ ਇਹ ਆ ਵੀ ਇੱਕ ਇਹ ਸਾਰਾ ਨਾ ਕਬਜ਼ਾ ਕਰਨ ਦੀ ਨੀਅਤ ਨਾਲ ਆਏ ਨੇ ਸਾ ਇਹ ਮਕਾਨ ਦੇ ਵਿੱਚ। ਉਹ ਕੋਈ ਕਿਰਾਏਦਾਰ ਦਾ ਗੱਲ ਨਹੀਂ, ਕੋਈ ਮਾਲਕ ਮਕਾਨ ਦੀ, ਸਿਰਫ ਕਿਰਾਇਆ, ਸਿਰਫ ਕਬਜ਼ਾ ਕਰਨ ਦੀ ਨੀਅਤ ਨਾਲ ਆਏ, ਪਲਾਨਿੰਗ ਨਾਲ ਆਏ ਨੇ ਮੇਰੇ ਮਕਾਨ ਦੇ ਵਿੱਚ। ਹੋਰ ਇਹ 'ਚ ਕੋਈ ਨਹੀਂ, ਜਦੇ ਕਹਿੰਦੇ ਨੇ ਪ੍ਰਵਾਸੀ ਹੋ ਤੁਸੀਂ, ਸਾਨੂੰ ਸਾਡੇ ਪਿਓ ਦਾਦੇ ਇੱਥੇ ਚਲੇ ਗਏ ਪੁਰਾਣੇ ਬਾਜ਼ਾਰ, ਹੁਣ ਸਾਨੂੰ ਪ੍ਰਵਾਸੀ ਦੱਸੀ ਜਾਂਦੇ ਹੈਗੇ ਨੇ। ਹੈ ਤੁਸੀਂ ਪ੍ਰਵਾਸੀ, ਤੁਸੀਂ ਜਾਓਗੇ, ਅਸੀਂ ਕਿਉਂ ਜਾਵਾਂਗੇ? ਜਾਓ ਜੋ ਮਰਜ਼ੀ ਕਰੋ, ਜੋ ਮਰਜ਼ੀ ਕਰੋ, ਅਸੀਂ ਨਾ ਕਿਰਾਇਆ ਦੇਣਾ ਨਾ ਮੈਂ ਖਾਲੀ, ਜਿੱਥੇ ਮਰਜ਼ੀ ਜਾਓ ਤੁਸੀਂ, ਨਾ ਅਸੀਂ ਕਿਰਾਇਆ ਦੇਣਾ, ਨਾ ਅਸੀਂ ਬਿਜਲੀ ਦਾ ਬਿੱਲ ਦੇਣਾ ਹੈਗਾ, ਅਤੇ ਸਾਡੇ ਨਾਲ ਬਾਅਦ ਕਟਾਈ ਕਰਦੇ ਨੇ। ਇਹਨਾਂ ਦੇ ਸੱਟਾਂ ਮਾਰੀਆਂ MLR ਦੀ ਕਟਾਈ ਹੈਗੀ ਆ, ਮੇਰੇ ਕੋਲ ਕਿਸੇ ਨੇ ਰਸੀਦ ਤੱਕ ਨਹੀਂ ਲਈ MLR ਦੀ, ਮੈਂ ਉੱਥੇ ਜਾ ਕੇ ਕੰਪਲੇਂਟ ਲਿਖਾਈ ਹੋਈ ਆ, ਮੈਂ ਤਾਂ ਦੇ ਦਿੰਦਾ ਕੰਪਲੇਂਟ ਲਿਖਾਈ ਆ। ਆਹ ਦੇਖੋ 90 ਸਾਲ ਦੇ ਹੋ ਜਾਂਦੇ, ਪੁਲਿਸ ਕਹਿੰਦੇ ਆ, ਕਹਿੰਦੇ ਵੀ ਤੁਸੀਂ ਸਾਨੂੰ ਪੁੱਛ ਕੇ ਦਿੱਤਾ, ਕਹਿੰਦੇ ਪੁਲਿਸ ਤੁਹਾਡੇ ਵਾਸਤੇ ਬਿੱਲ ਹੀ ਆ, ਪੁਲਿਸ ਨੂੰ ਤੁਸੀਂ ਤੰਗ ਕਰਦੇ ਆ। ਹੈ ਅਤੇ ਕਹਿੰਦੇ ਤੁਸੀਂ, ਮੈਂ ਜੀ ਹੱਥ ਜੋੜ ਕੇ ਪ੍ਰਾਰਥਨਾ ਮੇਰੀ ਮਦਦ ਕੀਤੀ ਜਾਵੇ, ਮੈਂ ਸਾਰਿਆਂ ਦੇ ਸ਼ਹਿਰ ਵਾਸੀਆਂ ਨੂੰ, ਪ੍ਰੈਸ ਨੂੰ, ਸਾਰਿਆਂ ਨੂੰ ਮੇਰੀ ਮਦਦ ਕੀਤੀ ਜਾਵੇ, ਸਰਕਾਰ ਨੂੰ ਅਸੀਂ ਹੱਥ ਜੋੜਦੇ ਹਾਂ, ਸਾਰਿਆਂ ਨੂੰ ਹੱਥ ਜੋੜਦੇ ਹਾਂ, ਅਸੀਂ ਸੇਫ ਨਹੀਂ ਹੈਗੇ, ਸਾਨੂੰ ਡਰ ਲੱਗਦਾ। ਸਾਡਾ ਸਾਡੀ ਬਚਾਅ ਅੱਜ ਮੰਗਲਵਾਰ ਸੀਗਾ, ਮੇਰੀ ਸਵੇਰ ਰਾਤ ਦੀ ਮੇਰੀ ਜਾਗ, ਮੈਂ 2 ਵਜੇ ਦੀ ਜਾਗਦੀ ਹਾਂ,
ਮੈਂ ਕਿਹਾ ਇਹ ਆ ਕੇ ਕਿਤੇ ਦਰਵਾਜ਼ੇ ਨਾਲ ਭੰਨਣ ਲੱਗ ਸਰ ਮੈਸੇਜ ਮੇਰੇ ਕਹਿੰਦੇ ਮੈਂ ਡੀਸੀ 'ਤੇ ਜਾ ਕੇ ਮੈਂ ਸੁਸਾਈਡ ਕਰ ਲੈਣਾ ਹੈਗਾ, ਮੈਂ ਆਪਣੀ ਮਾਂ ਨੂੰ ਲੈ ਜਾਣਾ, ਮੈਂ ਸੁਸਾਈਡ ਕਰ ਲੈਣਾ ਹੈਗਾ, ਮੈਂ ਦੱਸੋ ਕਿੱਥੇ ਜਾਵਾਂ, ਮੇਰੇ ਨਿਆਣੇ ਉੱਥੇ ਤੜਫਦੇ ਨੇ, ਅਸੀਂ ਇੱਥੇ ਬੱਚੇ ਉੱਧਰ ਤੜਫਦੇ, ਮੈਂ ਇੱਧਰ ਤੜਫਦੇ, ਮੈਂ ਮੇਰੀ ਹੱਥ ਜੋੜ ਕੇ ਪ੍ਰਾਰਥਨਾ ਕਿ ਸਾਨੂੰ ਸੁਸਾਈਡ ਕਰਨ ਤੋਂ ਬਚਾਇਆ ਜਾਵੇ, ਮੈਂ ਹਰ ਟਾਈਮ ਮੈਨੂੰ ਡਰ ਬਣਿਆ ਰਹਿੰਦਾ, ਮੇਰੀ ਮਿਸਿਜ ਨੂੰ ਮਾਲ ਕਟਾਈ ਕਰਦੇ ਨੇ, ਮੈਂ ਹੈ ਨਹੀਂ ਸੀਗਾ ਇੱਥੇ, ਕਾਫੀ ਇਹਨਾਂ ਨੇ ਮਾਰਿਆ ਇਹਨਾਂ ਨੇ ਪਿੱਛੋਂ, ਮੈਂ ਕਹੋ ਸਾਰੀਆਂ ਵੀਡੀਓਆਂ ਹੈਗੀਆਂ ਮਾਲ ਕਟਾਈ ਦੀਆਂ, ਸਾਥ ਸਾਰਾ ਆਹ ਦੇਖੋ ਮੇਰੇ ਇਹਨਾਂ ਦੇ ਪਿੱਠ 'ਤੇ ਸੱਟ ਲੱਗੀ ਆ, ਗੇਟ ਮਾਰਿਆ ਹੈਗਾ, ਪਿੱਠ 'ਤੇ ਸੱਟ ਲੱਗੀ, ਗੇਟ ਮਾਰਿਆ, ਉਹਦੀ ਐੱਮ ਐੱਲ ਏ ਕੱਟੀ ਹੋਈ ਆ, ਐਕਸ ਦਾ ਲਿਖਿਆ ਹੋਇਆ ਸਰ, ਮੇਰੀ ਬੇਨਤੀ ਬੇਨਤੀ ਮੇਰੀ ਬੇਨਤੀ ਸਾਡੀ ਬੇਨਤੀ ਆ, ਹੱਥੀ ਬਾਨੀ ਦੀ ਬੇਨਤੀ ਆ ਤੁਹਾਡੀ, ਹਾਂਜੀ।